ਕੰਪਲੇਂਟ ਕੀਤਾ ਸੀਗਾ ਵੀ ਸਾਡੇ ਪਿੰਡ ਦਾ ਜਿਹੜਾ ਪਾਣੀ ਹੈਗਾ ਨਾਲੇ ਦਾ, ਹੁਣ ਤੁਸੀਂ ਕਹਿ ਰਹੇ ਹੋ ਕਿ ਚੋਣ ਜਾਬਤਾ ਲੈ ਗਿਆ। ਪਹਿਲੀ ਪਿੰਡ ਦੀ ਇਹੀ ਪਲਾਨਿੰਗ ਹੈਗੀ ਵੀ ਮੈਂ ਉਹ ਸਾਡੇ ਬਜ਼ੁਰਗ ਨੇ ਇੱਕ ਨੇ ਕਿਹਾ ਸਾਨੂੰ ਸਾਨੂੰ ਹੋਰ ਕੁਛ ਨਹੀਂ ਚਾਹੀਦਾ, ਸਾਨੂੰ ਪਾਣੀ ਦੀ ਉਹ ਪ੍ਰੋਬਲਮ ਹੈ ਉਹ ਚਾਹੀਦੀ ਹੈ। 3 ਸਾਲ ਹੋ ਗਏ ਸਾਡੀ ਦੇਰੀ ਹੋਈ, ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ। ਹੋ ਜੂਗਾ, ਜੋ ਪੈਸੇ ਮੈਂ ਪਾਤੇ ਚੋਣ ਜਾਬਤੇ ਤੋਂ ਬਾਅਦ ਸ਼ੁਰੂ ਹੋ ਜੂ। ਚੋਣ ਪ੍ਰਚਾਰ ਦੇ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਲਾਂਕਿ 13-0 ਦਾ ਦਾਵਾ ਠੋਕ ਰਹੇ ਨੇ, ਪਰ ਚੋਣ ਪ੍ਰਚਾਰ ਦੌਰਾਨ ਲੋਕ ਆਪ ਉਮੀਦਵਾਰਾਂ ਨੂੰ ਘੇਰ ਕੇ ਕਈ ਸਵਾਲ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ। ਜੀ ਹਾਂ, ਸੰਗਰੂਰ 'ਚ ਚੋਣ ਮੈਦਾਨ 'ਚ ਉਤਾਰੇ ਗਏ ਮੀਤ ਹੇਅਰ ਅਤੇ ਨਰਿੰਦਰ ਕੌਰ ਪਰਾਸ ਨੂੰ ਲੋਕਾਂ ਨੇ ਉਸ ਵੇਲੇ ਘੇਰਾ ਪਾ ਲਿਆ ਜਦੋਂ ਦੋਵੇਂ ਲੋਕਾਂ ਦੇ ਵਿੱਚ ਵੋਟਾਂ ਮੰਗਣ ਲਈ ਗਏ। ਅੱਗੋਂ ਲੋਕਾਂ ਨੇ ਆਪਣੇ ਪਿੰਡ 'ਚ ਨਾਲੇ ਦੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਵਿਧਾਇਕਾਂ ਨੂੰ ਤਿੱਖੇ ਸਵਾਲ ਪੁੱਛੇ ਤੇ ਵਿਧਾਇਕਾ ਪਰਾਸ 'ਚ ਲੋਕਾਂ ਤੋਂ ਕੰਮ 'ਚ ਹੋਈ ਦੇਰੀ ਦੇ ਲਈ ਮਾਫ਼ੀ ਮੰਗਦੇ ਹੋਏ ਵੀ ਸੁਣਾਈ ਦੇ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਕਿ ਚੋਣ ਜਾਬਤੇ ਤੋਂ ਬਾਅਦ ਹੱਲ ਜ਼ਰੂਰ ਕਰਵਾਇਆ ਜਾਵੇਗਾ। ਹੋਵੇ ਜੀ ਸਾਡੇ ਪਿੰਡ ਦਾ ਉਹ ਦੱਸ ਦਿਓ ਕੁਛ ਵੀ। ਸਭ ਨਾਲ ਵੱਡੀ ਗੱਲ ਇੱਕ ਗੱਲ ਸੀਗੀ, ਤੁਹਾਨੂੰ ਇੱਕ ਇੱਕ ਪੁਆਇੰਟ ਕੀਤਾ ਸੀਗਾ ਵੀ ਸਾਡੇ ਪਿੰਡ ਦਾ ਜਿਹੜਾ ਪਾਣੀ ਹੈਗਾ ਨਾਲੇ ਦਾ, ਹੁਣ ਤੁਸੀਂ ਕਹਿ ਰਹੇ ਹੋ ਕਿ ਚੋਣ ਜਾਬਤਾ ਲੈ ਗਿਆ, ਇੱਥੇ ਖੜੇ ਰਹੋ ਕੋਈ ਚੱਕਰ ਨਹੀਂ। ਕਹਿੰਦੇ ਮਤਲਬ ਚੋਣ ਜਾਬ ਜਿੱਤੇ ਤੁਸੀਂ ਪਹਿਲੇ ਦਿਨ ਇੱਥੇ ਆਏ ਹੋ, ਉੱਥੇ ਖੜੇ ਸੀ ਤੁਸੀਂ ਕਿਹਾ ਸੀ ਪਹਿਲੀ ਪਿੰਡ ਦੀ ਇਹੀ ਪਲਾਨਿੰਗ ਹੈਗੀ ਵੀ ਮੈਂ ਉਹ ਸਾਡੇ ਬਜ਼ੁਰਗ ਨੇ ਇੱਕ ਨੇ ਕਿਹਾ ਸਾਨੂੰ ਸਾਨੂੰ ਹੋਰ ਕੁਛ ਨਹੀਂ ਚਾਹੀਦਾ, ਸਾਨੂੰ ਪਾਣੀ ਦੀ ਉਹ ਪ੍ਰੋਬਲਮ ਹੈ ਉਹ ਚਾਹੀਦੀ ਹੈ। ਵੋਟ ਪਾਵਾਂਗੇ, ਵੋਟ ਪਾਈਏ, ਵੋਟ ਪਾ ਕੇ ਵੀ ਰਹਾਂਗੇ। ਧੰਨਵਾਦ ਜੀ। ਹਾਂ ਇਹੋ ਜੀ ਗੱਲ ਹੋਜੂਗਾ, 3 ਸਾਲ ਹੋ ਗਏ ਸਰ, ਦੇਰੀ ਹੋਈ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ। ਹੋਜੂਗਾ, ਜੋ ਪੈਸੇ ਮੈਂ ਪਾਤੇ ਚੋਣ ਜਾਬਤੇ ਤੋਂ ਬਾਅਦ ਸ਼ੁਰੂ ਹੋ ਜੂਗਾ ਸਰ ਜੀ, ਚੋਣ ਜਾਬਤਾ ਮੇਰੇ ਮੈਂ ਕਰਵਾਉਂਗਾ ਜੀ ਨਾ ਵੱਡੇ ਵੀਰ। ਕਿਸਾਨ ਨੌਜਵਾਨ ਆਪ ਉਮੀਦਵਾਰ ਮੀਤ ਹੇਅਰ ਨੂੰ 5 ਮਿੰਟ 'ਚ MSP ਦੇਣ ਵਾਲੇ ਅਨਮੋਲ ਗਗਨ ਦੇ ਦਾਅਵੇ ਦੇ ਉੱਤੇ ਵੀ ਸਵਾਲ ਪੁੱਛਦੇ ਹੋਏ ਦਿਖਾਈ ਦਿੱਤੇ, ਜਿਸ ਤੋਂ ਬਾਅਦ ਮੀਤ ਹੇਅਰ ਨੇ ਕੀ ਜਵਾਬ ਦਿੱਤਾ ਉਹ ਵੀ ਸੁਣ ਲਵੋ। ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਆਪੋ ਆਪਣੇ ਹਲਕਿਆਂ 'ਚ ਜਾ ਰਹੇ ਨੇ, ਲੋਕਾਂ ਨੂੰ ਆਪਣੇ ਕੀਤੇ ਕੰਮ ਗਿੜਵਾ ਕੇ ਵੋਟ ਮੰਗ ਰਹੇ ਨੇ, ਪਰ ਲੋਕ ਵੀ ਹੁਣ ਲੀਡਰਾਂ ਨੂੰ ਸਵਾਲ ਪੁੱਛੇ ਬਿਨਾ ਪਿੰਡਾਂ 'ਚੋਂ ਨਹੀਂ ਜਾਂਦੇ ਰਹੇ ਤੇ ਆਪਣੇ ਮਨ ਦੀ ਪੂਰੀ ਭੜਾਸ ਵੀ ਕੱਢ ਰਹੇ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।